पठानकोट के मोहल्ला गांधीनगर में इन दिनों बंदरों का आतंक देखने को मिल रहा है, जिस वजह से लोग दहशत के साए में जीने को मजबूर हैं। और दहशत इस कदर बढ़ चुकी है कि लोगों को इन बंदरों से बचने के लिए अपनी जान तक दांव पर लगानी पड़ रही है, जिसका अंदाज इस बात से लगाया जा सकता है कि एक युवक बीती शाम अपने घर के छत पर टहल रहा था कि अचानक बंदरों के एक झुंड ने उस पर हमला कर दिया, जिस वजह से अपनी जान बचाने के लिए इस युवक द्वारा अपने घर की दूसरी मंजिल से गली में छलांग लगा दी और वह युवक गंभीर रूप से जख्मी हो गया। बता दें जिसे उपचार के लिए पठानकोट के निजी अस्पताल में दाखिल करवाया गया है, जहां उसकी हालत को गंभीर बताई जा रही है। निधि सिंह के साथ पठानकोट से कमर रांधवा की रिपोर्ट। उन्होंने छाल मारी जाम चांद दिखा सर मुँह भर पे तो क्या ही होश लगा उन्होंने अस्पताल पजाया कितने कोठे तो अभी पांच छः बंदर कट्ठे पै गए दूजी मंजिल से हूँ अस्पताल लग गए उन्हें पता इतने ही होश लगा थोड़ा जहा ਸਰ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਨਵਦੀਪ ਅਗਰਵਾਲ ਹੈ ਜੀ ਕੀ ਕਹਿਣਾ ਹੈਗਾ ਜਿਸ ਤਰ੍ਹਾਂ ਗਾਂਧੀਨਗਰ ਦੇ ਰਹਿਣ ਵਾਲਾ ਹੈਗਾ ਤੇ ਸਾਡੇ ਮੁਹੱਲੇ ਨਾ 15-16 ਬਾਂਦਰ ਮੇਰੇ ਬ੍ਰਦਰ ਨੂੰ ਇਕੱਠੇ ਪੈ ਗਏ ਹੈਗੇ ਆ ਸਾਡੇ ਮੁਹੱਲੇ ਬਾਂਦਰ ਇੰਨੇ ਜ਼ਿਆਦਾ ਹੋ ਗਏ ਆ ਕਿ ਜੇ ਨਾ ਉਹ ਕੋਠੇ ਕੱਪੜੇ ਉਤਾਰਨ ਗਿਆ ਤੇ ਸਾਰੇ ਬਾਂਦਰ ਉਹਨੂੰ ਇਕੱਠੇ ਪੈ ਗਏ ਦਹਿਸ਼ਤ ਨਾਲ ਉਹਨੇ ਕੋਠੋ ਦੇ ਥੱਲੇ ਛਲਾਂਗ ਲਗਾ ਤੀ ਤੇ ਜੇ ਨਾ ਕਾਫੀ ਡੈਮੇਜ ਹੋਇਆ ਤੇ ਬਾਂਹ ਦੀ ਹੱਥ ਦੀ ਹੱਡੀ ਟੁੱਟ ਗਈ ਹੈ ਕਾਫੀ ਲੱਗਿਆ ਉਹਨੂੰ ਤੇ ਹੁਣ ਇਸ ਟਾਈਮ ਹੋਸਪਿਟਲ ਐਮਰਜੈਂਸੀ ਵਾਰਡ 'ਚ ਹੈਗੇ ਆ ਪਰ ਜਿਹੜੇ ਸਾਡੇ ਮੁਹੱਲੇ ਦੇ ਲੋਕੀ ਹੈਗੇ ਨਾ ਬੜੇ ਗਲਤ ਕਰਦੇ ਹੈਗੇ ਆ ਕਦੀ ਬਾਂਦਰਾਂ ਨੂੰ ਕੇਲੇ ਪਾ ਦਿੰਦੇ ਆ ਕਦੀ ਛੋਲੇ ਪਾ ਦਿੰਦੇ ਆ ਜਿਹਦੇ ਨਾਲ ਨੁਕਸਾਨ ਹੁੰਦਾ ਅਤੇ ਮਨਾ ਵੀ ਕਰਦੇ ਆ ਪਰ ਉਹ ਹਟਦੇ ਨਹੀਂ ਹੈਗੇ ਪਰ ਅਜੇ ਬਾਂਦਰ ਹੈਗੇ ਆ ਜੰਗਲਾਂ 'ਚ ਖਾਣ ਵਾਸਤੇ ਬੜਾ ਕੁਛ ਹੈਗਾ ਉਹਨਾਂ ਦੇ ਪਰ ਲੋਕੀ ਜਿਹੜੇ ਮੁਹੱਲੇ ਦੇ ਹੈਗੇ ਉਹ ਹਟਦੇ ਨਹੀਂ ਹੈਗੇ ਕਹਿਣ ਸੁਣਨ ਤੋਂ ਬਾਅਦ ਵੀ ਨਹੀਂ ਹਟਦੇ ਹੈਗੇ ਜਿਹਦੇ ਨਾਲ ਸਾਨੂੰ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਮੇਰਾ ਆਪਣਾ ਬ੍ਰਦਰ ਹੈਗਾ ਜਿਹੜਾ ਹੁਣ ਹੋਸਪਿਟਲ 'ਚ ਐਮਰਜੈਂਸੀ ਵਾਰਡ 'ਚ ਐਡਮਿਟ ਹੈਗਾ ਅਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਬਾਂਦਰਾਂ ਨੂੰ ਜਾਂ ਕਿਸੇ ਜਾਨਵਰਾਂ ਨੂੰ ਕੁਛ ਪਾਉਂਦੇ ਹੋ ਨਾ ਪਾਓ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੰਗਲ 'ਚ ਹੈਗੇ ਆ ਜੰਗਲ 'ਚ ਜਾਣ ਦਿਓ ਉਹਨਾਂ ਨੂੰ ਇੱਥੇ ਸ਼ਹਿਰ 'ਚ ਨਾ ਉਠਾਓ ਮੇਰੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈਗੀ ਹੈ ਕਿ ਇਹ ਜਿਹੜੇ ਜਾਨਵਰ ਹੈਗੇ ਇਹਨਾਂ ਦਾ ਕੁਛ ਕਰੋ ਕਿ ਜਿਹਨਾਂ ਸਾਨੂੰ ਕੋਈ ਨੁਕਸਾਨ ਨਾ ਹੋਏ